ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਥਰਡ ਵਲੌਗ ਜਿਹੜਾ ਉਹ ਸ਼ੂਟ ਕਰਨ ਜਾ ਰਹੇ ਹਾਂ। ਇਹਦੇ ਵਿੱਚ ਆਪਾਂ ਪੈਰਟ ਨੂੰ ਹੁਣ ਕਿਹੜੀ ਨਵੀਂ ਫੀਡ ਦੇਣੀ ਆ ਅਤੇ ਕਿਸ ਤਰ੍ਹਾਂ ਦੇਣੀ ਆ ਉਹ ਮੈਂ ਤੁਹਾਨੂੰ ਦੱਸੂਗਾ। ਉਹਦੇ ਲਈ ਕੀ ਇਸਤੇਮਾਲ ਕਰਨਾ ਵਾ ਉਹ ਤੁਹਾਨੂੰ ਹੁਣੇ ਹੀ ਦੱਸ ਰਿਹਾ। ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਪੈਰਟ ਲਈ ਨਾ ਇਹਨੂੰ ਫੀਡ ਦੇਣ ਲਈ ਇਹ ਕੱਲ੍ਹ ਨਾਲੋਂ ਬਹੁਤ ਹੈਲਥੀ ਆ। ਅੱਜ ਥੋੜ੍ਹਾ ਮੋਟਾ ਮਤਲਬ ਦੇਖ ਸਕਦੇ ਹਾਂ ਵੀ ਇਹ ਥੋੜ੍ਹੀ ਮੋਟੀ ਮਤਲਬ ਹਲਚਲ ਕਰ ਰਿਹਾ ਵਾ, ਮਤਲਬ ਥੋੜ੍ਹਾ ਮਤਲਬ ਚੁਸਤ ਹੋਇਆ ਵਾ, ਠੀਕ ਹੈ ਕੱਲ੍ਹ ਨਾਲੋਂ। ਅਤੇ ਅੱਜ ਮੈਂ ਦੇਖੋ ਇਹਨੂੰ ਫੀਡਿੰਗ ਦੇਣ ਲਈ ਮੈਂ ਰੋਟੀ ਲੈ ਕੇ ਨਾ ਉਹਨੂੰ ਰੋਟੀ ਨੂੰ ਮਤਲਬ ਕਿ ਪਾਣੀ ਦੇ ਵਿੱਚ ਮਤਲਬ ਕਿ ਭਿਉਂਇਆ ਹੋਇਆ ਅਤੇ ਬਹੁਤ ਮਤਲਬ ਨਰਮ ਹੋ ਚੁੱਕੀ ਹੈ ਰੋਟੀ। ਇਹਨੂੰ ਆਪਾਂ ਫੀਡਿੰਗ ਦੇਣ ਦਾ ਤਰੀਕਾ ਵਾ ਵੀ ਇਹਨੂੰ ਆਪਾਂ ਇਹ ਸਿੱਧੀ ਤਾਂ ਦੇ ਨਹੀਂ ਸਕਦੇ ਗੇ ਕਿਉਂਕਿ ਹਾਲੇ ਆਪਣੇ ਨਾਲ ਫਰੈਂਡਲੀ ਨਹੀਂ ਹੋਇਆ ਗਾ। ਇਹ ਆਪਣੀ ਮਤਲਬ ਕਿ ਜਿਹੜੀਆਂ ਉਂਗਲ ਆ ਉਹ ਕੱਟ ਵੀ ਸਕਦਾ ਵਾ, ਠੀਕ ਹੈ। ਇਸ ਲਈ ਮੈਂ ਬਾਜ਼ਾਰ ਦੇ ਵਿੱਚੋਂ ਜਿਹੜੀ ਇਹ ਸਰਿੰਜ ਆ ਇਹ ਵੈਸੇ ਤੁਸੀਂ 30 ਕੁ ML ਜਾਂ 20 ML ਦੀ ਸਰਿੰਜ ਵੀ ਮਤਲਬ ਯੂਜ਼ ਕਰ ਸਕਦੇ ਹੋ, ਠੀਕ ਹੈ ਨਾ, ਤੁਸੀਂ ਲੈ ਸਕਦੇ ਹੋ। ਇਹ ਮੈਨੂੰ 50 ML ਦੀ ਸਰਿੰਜ ਜਿਹੜੀ ਆ ਉਹ ਬਾਜ਼ਾਰ ਤੋਂ ਮਤਲਬ ਕੀ ਆ ਪਰਚੇਜ਼ ਕਰਨੀ ਪਈ ਆ। ਇਹ 1-sided ਇਹਦੀ ਮਤਲਬ ਕੀ ਆ ਨਿੱਪਲ ਹੁੰਦੀ ਆ ਅਤੇ ਇਹਦੇ ਅੱਗੇ ਆਪਾਂ ਮਤਲਬ ਇਹ ਨਿੱਪਲ ਜਿਹੜੀ ਨਿਊਜ਼ਲ ਆਉਂਦੇ ਨੂੰ ਨਿਊਜ਼ਲ ਇਹ ਨਿਊਜ਼ਲ ਆਪਾਂ ਮਤਲਬ ਕੀ ਆ ਹੁੰਦੀ ਆ ਇਹ ਨਿਊਜ਼ਲ ਹੀ ਆਪਾਂ ਮਤਲਬ ਕੀ ਆ ਇਹ ਰਬੜ ਦੀ ਨਿਊਜ਼ਲ ਹੁੰਦੀ ਆ, ਮਤਲਬ ਸਖਤ ਨਹੀਂ ਹੁੰਦੀ ਗੀ। ਇਹ ਆਪਾਂ ਪੈਰਟ ਦੇ ਮਤਲਬ ਕੀ ਆ ਜੋ ਗਲੇ ਦੇ ਵਿੱਚ ਪਹੁੰਚ ਸਕਦੀ ਆ ਤਾਂ ਜਿਹਦੇ ਨਾਲ ਮਤਲਬ ਆਸਾਨੀ ਨਾਲ ਫੀਡਿੰਗ ਲੈ ਸਕਦਾ ਵਾ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ। ਇਹ 3 ਨੰਬਰ ਵਲੌਗ ਸੀ ਜੋ ਆਪਾਂ ਪੈਰਟ ਦੀ ਜਿਹੜੀ ਫੀਡਿੰਗ ਆ ਸਰਿੰਜ ਨਾਲ ਕਿੱਦਾਂ ਦੇ ਸਕਦੇ ਹਾਂ ਉਹਦੇ ਬਾਰੇ ਸੀਗਾ। ਧੰਨਵਾਦ, ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਕੁਛ ਨਵੀਂ ਜਾਣਕਾਰੀ।